हाँ जी, जेडी पिछली पौड़ी सी वो तुहानू याद होएगा, वो इस मिसरे ते मुकनी सी, हुक्म रजाई चलना नानक लिखिया नाल। तुहानू याद है ना सारे? ते जेड़ा वो मतलब चार मिसरिया दे विच ए उदे विच क्या गया सी कि केड़े केड़े ढंग ने जिदे नाल तुसी संसारी हस्ती नू या संसार नू नहीं समझ सकते हो। फिर एंड दे उत्ते क्या गया सीगा, मतलब पहले चारां च क्या गया सी कि जिहड़ी इंटेलेक्चुअल एक्सरसाइज है, सोचे सोचना हो भी इतना भी नहीं होता, ते स्पिरिचुअल रिचुअलिज्म नाल भी नहीं होता, ते होर न्यारा देन नाल होता, ते क्योंकि जिहड़ा संसार है वो हुक्म रजाई चलना, वो रजा दे नाल वो एक है जिहदे उत्ते वो चल रहा है। ये इत्थे खत्म होया सी। हुण नैचुरली बाबा गुरु नानक जी चूंकि लॉजिकली बिल्कुल चलदे ने, ते इसलिए यह जिहड़ी पौड़ी है इहदे विच हुण वो दस रहे ने कि हुक्म तों की मतलब है। सर नेड़े हो जाओ, नेड़े हो जाओ, थोड़ा ना एको जी आंदी है। ठीक जी है जी, हाँ हूँ जी ठीक है। हाँ जी दैट्स गुड। अच्छा जी, ते हूँ आज पहला पौड़ी दे पहली लाइन है, हुक्मी होवन आकार हुक्म ना क्या जाई। हुक्मी होवन आकार हुक्म दे तहत जिहड़ियां शक्लां, आकार दा मतलब है क्रिएशन, आकार दा मतलब है स्वरूप, शक्लां बनना, चीजा दा शेप लेना। हुक्मी होवन आकार, हुक्म दे नाल क्रिएशन हुंदी है। हुक्म ना किया जाए, हुक्म नूं लफ्ज़ां च बयान नहीं किया जा सकता, मतलब जड़ी लैंग्वेज है वो उन्हों आ उन वो उन्हों उस कानून बना नहीं सकती, क्योंकि जड़ी इंसानी तुसी वैसे भी तुहानू पता होगा कि जड़ी इंसानी जबान है साड़ी, वो साड़ी जिन्ना कमां लई असीं वो करी है बनी है उन्हां दे विच वो संसार दे मामलात जिहड़े ने वो उन्हां लई वो नहीं बनी, वो साडे रोज बरोज दे चालू कमां लई बनी है। लेकिन असल गल ये नहीं है कि असल गल ये हैगी है कि बाबा गुरु नानक जी जिहड़ा ये कह रहे ने ना, हुक्म ना किया जाई, हुक्मी होवन आकार, ये सारी जड़ी तखलीक है क्रिएशन है ये एक कानून दे तहत हो रही है, ते हुक्म नू लफ्जां दे विच किया नहीं जा सकदा। ये इशारा बाबा जी का हैगा उन्हां सारे मानतावां वल जिहड़े ए कहिंदे ने कि तुसी अगर मुख्तलिफ किस्म दियां चिल्ले कट लो, एक्सरसाइज कट बना लो, मंत्र मूल मंत्र जिहड़े ने ओह कर लो, ते ओह मंत्रां दे नाल ते ओह 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 तुहाडियां जिहड़ियां
ਜਿਹੜੀਆਂ ਤੁਸੀਂ ਬਿਰਧ ਕੀਤੇ ਨੇ ਉਹਨਾਂ ਦੇ ਨਾਲ ਤੁਸੀਂ ਜਿਹੜੀ ਜਿਹੜੀ ਜਿਹੜਾ ਸੰਸਾਰ ਹੈ ਉਹਨੂੰ ਉਹਦੀ ਚਲਤ ਨੂੰ ਤੁਸੀਂ ਬਦਲ ਸਕਦੇ ਹੋ। ਮਿਸਾਲ ਦੇ ਤੌਰ ਦੇ ਉੱਤੇ ਤੁਸੀਂ ਹਰ ਸੁਸਾਇਟੀ ਦੇ ਵਿੱਚ ਹੈ ਔਰ ਸਾਡੀ ਸੁਸਾਇਟੀ ਦੇ ਵਿੱਚ ਵੀ ਹੈ ਕਿ ਜੀ ਅਗਰ ਤੁਸੀਂ ਇਹ ਦੁਆ ਮੰਗੋਗੇ ਤੇ ਇਹਦੇ ਨਾਲ ਮੀਂਹ ਪੈਣ ਦੀ ਪੋਸੀਬਿਲਿਟੀ ਵੱਧ ਜਾਏਗੀ ਜਾਂ ਇਹ ਚਿੱਲਾ ਇਹ 21 ਦਿਨ ਕਰੋ ਤੇ ਫਿਰ ਇਹ ਹੋ ਜਾਏਗਾ। ਇਹਦਾ ਮਤਲਬ ਹੈ ਕਿ ਜਿਹੜਾ ਉਹ ਜਿਹੜੀ ਜਿਹੜੇ ਜਿਹੜੇ ਮੰਤਰ ਜਾਂ ਜਿਹੜੇ ਤਵੀਜ਼ ਜਾਂ ਜਿਹੜੇ ਜੋ ਕੁਛ ਵੀ ਤੁਸੀਂ ਕਰਦੇ ਹੋ ਉਹਦੇ ਨਾਲ ਤੁਸੀਂ ਜਿਹੜਾ ਜਿਹੜਾ ਸੰਸਾਰ ਦਾ ਕਾਨੂੰਨ ਹੈ ਉਹਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਹੋ। ਉਹਦੇ ਨਾਲ ਤੁਸੀਂ ਉਹ ਕਰਨਾ ਚਾਹ ਰਹੇ ਹੋ ਜੋ ਤੁਹਾਨੂੰ ਤੁਹਾਡੀ ਮਰਜ਼ੀ ਦੇ ਵਿੱਚ ਹੈ। ਲੇਕਿਨ ਇੱਥੇ ਬਾਬਾ ਜੀ ਇਹ ਕਹਿ ਰਹੇ ਨੇ ਕਿ ਹੁਕਮ ਨਾ ਕਿਹਾ ਜਾਏ। ਹੁਕਮ ਜਿਹੜਾ ਹੈ ਉਹ ਲਫਜ਼ਾਂ ਵਿੱਚ ਕਿਹਾ ਨਹੀਂ ਜਾ ਸਕਦਾ, ਮਤਲਬ ਉਹ ਉਸ ਤੋਂ ਉੱਤੇ ਹੈ, ਉਹ ਉਸ ਤੋਂ ਉਸਦਾ ਉਸਨੂੰ ਮੁਤਸਰ ਨਹੀਂ ਕੀਤਾ ਜਾ ਸਕਦਾ, ਇਫੈਕਟ ਨਹੀਂ ਕੀਤਾ ਜਾ ਸਕਦਾ। ਕਿਉਂਕਿ ਤੁਸੀਂ ਸਾਰੇ ਜਾਣਦੇ ਹੋ ਕਿ ਇਹ ਪੂਰਾ ਇੱਕ ਸਿਲਸਿਲਾ ਜਿਹੜਾ ਜਾਦੂਗਰਾਂ ਦਾ ਫਕੀਰਾਂ ਦਾ ਜੋਗੀਆਂ ਦਾ ਇਹ ਸਾਰੇ ਜਿਹੜੇ ਨੇ ਇਹਨਾਂ ਸਾਰਿਆਂ ਦੇ ਵਿੱਚ ਮਾਨਤਾ ਹੈਗੀ ਹੈ ਇਸ ਗੱਲ ਦੀ ਕਿ ਤੁਸੀਂ ਆਪਣਾ ਖਾਸ ਤਰ੍ਹਾਂ ਦੀਆਂ ਚਿੱਲੇ ਕੱਟ ਕੇ ਤੇ ਤੁਸੀਂ ਖਾਸ ਤਰ੍ਹਾਂ ਦੇ ਰਿਜ਼ਲਟਸ ਪੈਦਾ ਕਰ ਸਕਦੇ ਹੋ। ਇਹਦੀ ਜਿਹੜੀ ਇਹਦੇ ਪਿੱਛੇ ਜਿਹੜੀ ਬੈਕਗਰਾਉਂਡ ਹੈ ਨਾ, ਇਹਦੇ ਪਿੱਛੇ ਬੈਕਗਰਾਉਂਡ ਬੜੀ ਦਿਲਚਸਪ ਹੈ। ਇਹਦੇ ਪਿੱਛੇ ਬੈਕਗਰਾਉਂਡ ਇਹ ਹੈਗੀ ਹੈ ਕਿ ਜਿਹੜਾ ਬਹੁਤ ਸ਼ੁਰੂ ਦੇ ਵਿੱਚ ਜਿਹੜਾ ਫਲਸਫਾ ਜਾਂ ਜਿਹੜਾ ਸੋਚ ਦਾ ਨਿਜ਼ਾਮ ਸੀ ਉਹ ਜਾਦੂ ਦਾ ਸੀ। ਅੱਛਾ, ਤੇ ਜਾਦੂ ਦਾ ਨਿਜ਼ਾਮ ਇਹ ਮੰਨਦਾ ਸੀਗਾ, ਉਹ ਇੱਥੋਂ ਬਣਿਆ ਸੀਗਾ ਕਿ ਜਿਹੜਾ ਇਨਸਾਨ ਦਾ ਸਰੀਰ ਹੈ, ਜਿਹੜਾ ਇਨਸਾਨ ਦਾ ਜਿਸਮ ਹੈ, ਉਹ ਸਾਰੀ ਜਿਹੜਾ ਯੂਨੀਵਰਸ ਹੈ ਉਹਨੂੰ ਰਿਪ੍ਰਜੈਂਟ ਕਰਦਾ ਹੈ। ਤੇ ਜੇ ਅਸੀਂ ਇਸ ਇਨਸਾਨੀ ਸਰੀਰ ਦੇ ਉੱਤੇ ਕਾਬੂ ਪਾ ਲਈਏ, ਇਨਸਾਨੀ ਸਰੀਰ ਦੀਆਂ ਸ਼ਕਤੀਆਂ ਨੂੰ ਜਗਾ ਲਈਏ, ਤੇ ਫਿਰ ਅਸੀਂ ਜਿਹੜੀ ਸੰਸਾਰ ਹੈ ਉਹਨੂੰ ਚਲਾ ਸਕਦੇ ਹਾਂ ਉਹਨਾਂ ਸ਼ਕਤੀਆਂ ਦੇ ਨਾਲ। ਅਸੀਂ ਅਗਰ ਖਾਸ ਮੰਤਰ ਬੋਲੀਏ ਤੇ ਖੇਤੀ ਚੰਗੀ ਹੋ ਸਕਦੀ ਹੈ, ਖਾਸ ਮੰਤਰ ਬੋਲੀਏ ਤੇ ਇਹ ਹੋ ਸਕਦਾ, ਵਗੈਰਾ ਵਗੈਰਾ। ਇਹ ਜਿਹੜਾ ਜਾਦੂ ਤੋਂ ਇਹ ਨਿਕਲਿਆ ਸੀ ਔਰ ਇਹ ਪਹਿਲਾ ਨਿਜ਼ਾਮ ਸੀ ਤੇ ਇਹਦੇ ਉੱਤੋਂ ਫਿਰ ਕਈ ਫਲਸਫੇ ਹੋਰ ਨਿਕਲੇ ਤੇ ਬਾਬਾ ਗੁਰੂ ਨਾਨਕ ਜੀ ਜਿਹੜੇ ਨੇ ਉਹ ਬੇਸਿਕਲੀ ਇਹ ਸਾਰਿਆਂ ਦੀ ਇੱਥੇ ਨਫੀ ਕਰ ਰਹੇ ਨੇ ਔਰ ਕਹਿ ਰਹੇ ਨੇ ਕਿ ਜਿਹੜਾ ਹੁਕਮ ਹੈ, ਜਿਹੜਾ ਕਾਨੂੰਨ ਹੈ ਸੰਸਾਰ ਦਾ, ਉਹਨੂੰ ਤੁਸੀਂ ਮੁਤਸਰ ਨਹੀਂ ਕਰ ਸਕਦੇ, ਇਫੈਕਟ ਨਹੀਂ ਕਰ ਸਕਦੇ ਲਫਜ਼ਾਂ ਦੇ ਨਾਲ। ਤੇ ਲਫਜ਼ ਵੈਸੇ ਵੀ ਲਫਜ਼ ਜਿਹੜੇ ਨੇ ਉਹਨਾਂ ਵਿੱਚ ਇੰਨੀ ਤਾਕਤ ਨਹੀਂ ਹੈਗੀ ਕਿ ਉਹ ਇੰਨੀ ਯੂਨੀਵਰਸਲ ਹਸਤੀ ਦੀ ਨੂੰ ਡਿਪਿਕਟ ਕਰ ਸਕਣ। ਹੁਕਮੀ ਹੋਵਣ ਆਕਾਰ ਹੁਕਮ ਨਾ ਕਿਹਾ ਜਾਈ, ਹੁਕਮੀ ਹੋਵਣ ਜੀਆ ਹੁਕਮ ਮਿਲੇ ਵਡਿਆਈ। ਇਹ ਜਿਹੜੀ ਹੁਕਮੀ ਹੋਵਣ ਜੀਆ, ਜੀਆ ਤੋਂ ਮਤਲਬ ਹੈ ਜ਼ਿੰਦਗੀ,
कि ये जिंदगी जड़ी है ये इहदे होण दा भी एक कानून है, इहदे बणन दा भी एक कानून है, ये भी कोई रैंडमली नहीं बन जाती। देखो ना मिसाल दे तौर दे उत्ते जिन्ने भी मजहब ने और इस्लाम दे विच भी ये हैगा कि जी जिहड़ा खुदा सी उन्नू एक दिन ख्याल आया ते उन्हें क्या हो जा ते यूनिवर्स जिहड़ा वो हो गया, उन्हों कहिंदे ने कालू बला दा मौका, कालू बला ओ तुसी विच वी पढ़दे हो कालू बला दे दिन निकाह पढ़िया, इन जिस दिन क्रिएशन होई सी दुनिया दी। इस तरह दूसरे मजहबां दे विच वी जिहड़ा जिहड़ा किसे बाहरली हस्ती दा जिहड़ा अपनी मर्जी दे नाल किसे एक खास मौके दे उत्ते ए चीज पैदा कर देना, कायनात नूं यूनिवर्स नूं पैदा कर देना, ये होया। लेकिन बाबा गुरु नानक जी इत्थे कह रहे ने कि ये जिहड़ी जिंदगी इस ते जिहड़ी जिंदगी जिहड़ी है वो जिवें पैदा हुई है और जिवें वो चली है उहदा एक कानून है। मिसाल हुण तुसीं वो उहनां दे जमाने दे विच ते खैर उन्नी अजे साइंस ने तरक्की नहीं सी कीती कि जिहदे विच ये इहनू फिजिकल साइंस दे जरिए भी जिहड़ा जिंदगी है वो किवें इत्थे यूनिवर्स दे विच पैदा होई उन्हों बयान नहीं सी कीता जा सकता। लेकिन हुण जिहड़ियां साइंसिस ने उन्हां दे विच उन्हां ने वो प्रोसेस या वो पूरा अमल जिहड़ा है वो उन्हों बयान कर दिता है कि इस यूनिवर्स दे विच जिंदगी किवें पैदा होई। मिसाल दे तौर ते जिहड़ी जीन दी थ्योरी है कि किवें जीन जिहड़ा है वो बिग बैंग तो बाद किवें जीन बनिया वजूद च आया और किवें जिहड़े जीन्स ने उन्हां दे कंबीनेशनस और परमूटेशनस दे नाल मुख्तलिफ जिंदा शैवां या पहली जिंदा शै बनी, फिर वो जिंदा शै जिहड़ी है उस तों अगे 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 किवें दूजियां शैवां बनियां, उहदे विच फिर तुहानूं तुसीं देखदे हो कि डारविन दा कानून जिहड़ा है वो खुद बयान करदा है कि जिंदगी जिहड़ी है वो किवें उसरी। ये अपना एक किताब हैगी है सेल्फिश जीन डाकिंस दी, तड चो किसी ने पढ़ी है? मैं पढ़ी है सर। हाँ जी मैं पढ़ी है। तुहानू अगर तुसी अगर पढ़ी है तो तुहानू पता होएगा कि जिहड़ा डाकिंस दी जीन दी जिहड़ी डिस्क्रिप्शन है वो ये हैगी है कि जिहड़ा जीन है वो अपनी सर्वाइवल लई सब कुछ कर रहा है और ये जिहड़ा तुसी ये समझदे हो कि तुहाडे कोल तुहाडी जिस्म या तुहाडे शऊर विच कोई तुसी उसनू जीन दे अमल नू बदल सकदे हो, ये बदल ही नहीं सकदे। बल्कि वो कहिंदा है कि जीन दी अपनी सर्वाइवल दी असूल ने और वो अपने अपने मुताबक चलता है। ये बड़ी अच्छी किताब है, ये तुसी लै के पढ़ना। रिचर्ड
ਡਾਕਿੰਸ ਤੇ ਕਿਤਾਬ ਦਾ ਨਾਂ ਹੈ ਸੈਲਫਿਸ਼ ਜੀਨ। ਬਲਕਿ ਉਹਨੇ ਤੇ ਜਿਸ ਤਰ੍ਹਾਂ ਬਿਆਨ ਕੀਤਾ ਹੈ ਕਿ ਜੀਨ ਜਿਹੜਾ ਉਹ ਕਿਵੇਂ ਤੁਹਾਡੀ ਜ਼ਿੰਦਗੀ ਨੂੰ ਬਣਾਉਂਦਾ ਹੈ ਤੇ ਕਿਵੇਂ ਚਲਾਉਂਦਾ ਹੈ ਤੇ ਮੁਕਤ ਇਸ ਕਾਇਨਾਤ ਯੂਨੀਵਰਸ ਦੇ ਵਿੱਚ ਜੀਨ ਦਾ ਕੀ ਰੋਲ ਹੈ। ਉਸ ਤੋਂ ਬਾਅਦ ਤੇ ਬਹੁਤ ਸਾਰੇ ਲੋਕ ਤੇ ਉਹ ਕਿਤਾਬ ਪੜ੍ਹ ਕੇ ਉਹਨਾਂ ਨੂੰ ਫਿਰ ਨੀਂਦ ਵੀ ਨਹੀਂ ਆਉਂਦੀ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਅਸੀਂ ਤੇ ਇਹਦੇ ਵਿੱਚ ਕੁਛ ਵੀ ਨਹੀਂ ਕਰ ਰਹੇ, ਫਿਰ ਇੱਥੇ ਫਿਰ ਜੀ ਨਹੀਂ ਕਰ ਰਿਹਾ। ਇਹ ਮੈਂ ਤੁਹਾਡੀ ਸਲਾਹ ਲਈ ਦੱਸਣਾ ਚਾਹੁੰਦਾ ਸਾਂ ਤੇ ਤੁਸੀਂ ਜ਼ਰੂਰ ਉਹ ਕਿਤਾਬ ਦੇਖਿਓ ਦੇਖਿਓ। ਜੀ ਹੁਕਮੀ ਹੋਣ ਜੀਆ ਹੁਕਮ ਮਿਲੇ ਵਡਿਆਈ। ਜਿਹੜੀ ਵਡਿਆਈ ਹੈ ਹੁਣ ਵਡਿਆਈ ਨੂੰ ਤੁਸੀਂ ਦੋ ਤਿੰਨ ਤਰੀਕਿਆਂ ਦੇ ਨਾਲ ਲੈ ਸਕਦੇ ਹੋ। ਇੱਕ ਤੇ ਤੁਸੀਂ ਵਡਿਆਈ ਨੂੰ ਲੈ ਸਕਦੇ ਹੋ ਸਮਾਜੀ ਮਾਇਨਿਆਂ ਚ ਕਿ ਸਮਾਜੀ ਮਾਇਨਿਆਂ ਚ ਜਿਹੜੀ ਤੁਸੀਂ ਤੁਹਾਨੂੰ ਪਾਵਰ ਜਾਂ ਰੋਬ ਜਾਂ ਦੌਲਤ ਮਿਲਦੀ ਹੈ ਉਹਨੂੰ ਲੈ ਸਕਦੇ ਹੋ। ਫਿਰ ਤੁਸੀਂ ਵਡਿਆਈ ਨੂੰ ਤੁਸੀਂ ਜਿਹੜੀ ਯੂਨੀਵਰਸ ਦੇ ਵਿੱਚ ਸੰਸਾਰ ਦੇ ਵਿੱਚ ਜਿਹੜੀਆਂ ਬਹੁਤ ਥੱਲੇ ਦੀਆਂ ਚੀਜ਼ਾਂ ਨੇ ਉਹਨਾਂ ਤੋਂ ਲੈ ਕੇ ਜਿਹੜੀਆਂ ਵੱਡੀਆਂ ਵੱਡੀਆਂ ਚੀਜ਼ਾਂ ਨੇ ਇੱਕ ਜ਼ਰਰੇ ਤੋਂ ਲੈ ਕੇ ਜ਼ਮੀਨ ਅਸਮਾਨ ਪਹਾੜ ਇਹ ਸਾਰੇ ਜਿਹੜੇ ਨੇ ਇਹਨਾਂ ਦੀ ਜਿਹੜੀ ਇੱਕ ਦੂਜੇ ਤੇ ਵਡਿਆਈ ਹੈ ਜਾਂ ਥੱਲੇ ਹੋਣਾ ਜਾਂ ਉੱਤੇ ਹੋਣਾ ਹੈ ਉਹ ਵੀ ਹੁਕਮ ਦੇ ਤਹਿਤ ਹੁੰਦਾ ਹੈ। ਮਤਲਬ ਇਹ ਹੈ ਕਿ ਭਾਵੇਂ ਉਹ ਸਮਾਜ ਹੋਵੇ ਤੇ ਭਾਵੇਂ ਉਹ ਯੂਨੀਵਰਸ ਹੋਵੇ ਉਹਨਾਂ ਦੇ ਵਿੱਚ ਜਿਹੜੀ ਸ਼ੈਵਾਂ ਦੀ ਹਸਤੀਆਂ ਦੀ ਜਿਹੜੀ ਵਡਿਆਈ ਹੈ ਉਹ ਵੀ ਇੱਕ ਖਾਸ ਕਾਨੂੰਨ ਦੇ ਤਹਿਤ ਬਣਦੀ ਉਹ ਵੀ ਉਹਦਾ ਵੀ ਇੱਕ ਖਾਸ ਕਾਨੂੰਨ ਹੈ। ਅਗਲੀ ਲਾਈਨ ਕੀ ਹੈ ਜੀ? ਮੇਰੇ ਕੋਲ ਟੈਕਸਟ ਨਹੀਂ ਹੈਗੀ। ਹੁਕਮੀ ਉੱਤਮ ਨੀਚ ਹੁਕਮ ਲਿਖ ਤੁਕ ਸੁਖ ਪਾਈਏ ਉਹ। ਹਾਂਜੀ ਪਾਈਏ ਹਾਂ ਇਹ ਬਿਲਕੁਲ ਉਹ ਜਿਹੜੀ ਲਾਈਨ ਮੈਂ ਪਹਿਲੇ ਕਰ ਰਿਹਾ ਸਾਂ ਕਿ ਉੱਤਮ ਹੁਕਮ ਉੱਤੇ ਵੀ ਤੇ ਥੱਲੇ ਹਰ ਥਾਂ ਦੇ ਜਿਹੜਾ ਹੈ ਉਹ ਹੁਕਮ ਦੇ ਤਹਿਤ ਚੱਲਦਾ ਹੈ। ਉੱਤੇ ਤੋਂ ਵੀ ਤੁਸੀਂ ਹੁਣ ਸਮਾਜ ਦੇ ਉੱਤੇ ਉੱਤੇ ਵੀ ਕਹਿ ਸਕਦੇ ਹੋ ਤੁਸੀਂ ਯੂਨੀਵਰਸ ਦੇ ਵਿੱਚ ਜਿਹੜੀਆਂ ਉੱਤੇ ਆਪਣਾ ਸਤਾਰਿਆਂ ਦਾ ਕੋਸਮੋਲੋਜੀ ਦਾ ਜਿਹੜਾ ਪੂਰਾ ਇਲਮ ਹੈ ਉਹਨੂੰ ਤੁਸੀਂ ਲੈ ਸਕਦੇ ਹੋ ਤੇ ਜਿਹੜੀ ਬਿਲਕੁਲ ਛੋਟੀ ਮਾਈਕਰੋ ਬਾਇਓਲੋਜੀ ਔਰ ਜਿਹੜੀਆਂ ਛੋਟੀਆਂ ਚੀਜ਼ਾਂ ਦਾ ਜਿਹੜਾ ਅਸੀਂ ਜਿਹੜੀ ਅਸੀਂ ਸਾਇੰਸ ਸਟੱਡੀ ਕਰਨੇ ਹੈ ਉਹ ਥੱਲੇ ਦੀ ਹੋ ਗਈ। ਤੁਸੀਂ ਵੇਖੋ ਨਾ ਵੈਸੇ ਵੀ ਜਿਹੜਾ ਸਾਇੰਸ ਦੇ ਵਿੱਚ ਜਿਹੜੀ ਤਰੱਕੀ ਹੋਈ ਹੈ ਉਹਦੇ ਵਿੱਚ ਬਹੁਤ ਸ਼ੁਰੂ ਦੇ ਵਿੱਚ ਜਿਹੜੀਆਂ ਲਾਰਜ ਬਾਡੀਜ਼ ਨੇ ਉਹਨਾਂ ਦੇ ਬਾਰੇ ਦੇ ਵਿੱਚ ਜ਼ਿਆਦਾ ਰਿਸਰਚ ਹੋਈ। ਮਿਸਾਲ ਦੇ ਤੌਰ ਦੇ ਉੱਤੇ ਉਹਦੇ ਵਿੱਚ ਇਹ ਕਿ ਜਿਹੜਾ ਨਿਜ਼ਾਮ ਹੈ ਉਹਦੇ ਵਿੱਚ ਜ਼ਮੀਨ ਜਿਹੜੀ ਹੈ ਉਹ ਸੂਰਜ ਦੇ ਦੁਆਲੇ ਘੁੰਮਦੀ ਹੈ ਕਿ ਸੂਰਜ ਜ਼ਮੀਨ ਦੇ ਦੁਆਲੇ ਘੁੰਮਦਾ ਹੈ ਔਰ ਕਿੰਨੇ ਸਿਆਰੇ ਨੇ ਕਿੰਨੇ ਇੱਕ ਦੂਜੇ ਤੋਂ ਦੂਰ ਨੇ ਇਹ ਪਹਿਲੇ ਸਭ ਤੋਂ ਪਹਿਲੇ ਇਹ ਜਿਹੜੀ ਹੈ ਕਾਸਮੋਲੋਜੀ ਦਾ ਇਲਮ ਜਿਹੜਾ ਹੈ ਉਹ ਫੈਲਿਆ ਸੀ। ਲੇਕਿਨ ਤੁਸੀਂ ਦੇਖਦੇ ਹੋ ਔਰ ਕਿ ਵੀਹਵੀਂ ਸਦੀ ਦੇ ਵਿੱਚ ਵੀਹਵੀਂ ਸਦੀ ਦੇ 1920s 1930s ਤੋਂ ਲੈ ਕੇ ਉਸ ਤੋਂ ਅੱਗੇ ਫਿਰ ਜਿਹੜਾ ਹੈਗਾ ਉਹ ਕੁਆਂਟਮ ਮਕੈਨਿਕ ਦੀ ਸਾਇੰਸ ਜਿਹੜੀ ਉਹ ਸਾਹਮਣੇ ਆਈ ਹੈ। ਕੁਆਂਟਮ ਮਕੈਨਿਕਸ ਜਿਹੜੀ ਹੈ ਉਹ ਹਰ ਸ਼ਾਇਦ
ਨੂੰ ਪਾਰਟੀਕਲ ਵਿੱਚ ਵੇਖਦੀ ਹੈ ਯਾਨੀ ਮਤਲਬ ਇਹ ਹੈ ਕਿ ਜਿਹੜਾ ਪਾਰਟੀਕਲਸ ਨੇ ਇੱਕ ਦੂਜੇ ਨਾਲ ਮਿਲਣਾ ਉਹਨਾਂ ਨੇ ਕਿਵੇਂ ਹਰਕਤ ਕਰਨੀ ਹੈ ਉਹਦੀ ਪੂਰੀ ਇੱਕ ਸਾਇੰਸ ਹੈ ਸੋ ਉੱਪਰ ਹੁਕਮ ਅਤੇ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਅੱਛਾ ਪੁਸ਼ਪਾ ਜੀ ਇਹ ਤੁਸੀਂ ਜਦੋਂ ਗੁਰਮੁਖੀ ਚ ਪੜ੍ਹ ਰਹੇ ਹੋ ਇਹ ਲਿਖ ਹੈ ਕਿ ਲੱਖ ਹੈ ਲਿਖ ਲਿਖ ਦੁੱਖ ਸੁੱਖ ਪਾਈਏ ਹਾਂ ਇਹ ਮੇਰਾ ਵੀ ਖਿਆਲ ਹੈ ਕਿ ਲਿਖ ਹੈਗਾ ਹੈ ਇੱਕ ਮਿੰਟ ਇੱਕ ਸੈਕਿੰਡ ਪੁਸ਼ਪਾ ਜੀ ਤੁਹਾਡਾ ਜਿਹੜਾ ਦੂਜਾ ਖੁੱਲਾ ਹੋਇਆ ਨਾ ਉਹ ਬੰਦ ਨਹੀਂ ਅਸੀਂ ਕਰ ਸਕ ਰਹੇ ਉਹ ਪਲੀਜ਼ ਬੰਦ ਕਰਾ ਦਿਓ ਤੁਹਾਡੇ ਦੋ ਫੋਨ ਖੁੱਲੇ ਨੇ ਜਿਹੜਾ ਦੂਜਾ ਫੋਨ ਉਹਦੇ ਚ ਬਹੁਤ ਆਵਾਜ਼ ਆ ਰਹੀ ਇੱਕ ਸੈਕਿੰਡ ਡਾਕਟਰ ਸਾਹਿਬ ਜੀ ਬਹੁਤ ਦੇਖੋ ਬਹੁਤ ਹਾਂਜੀ ਲਿਖ ਦੁੱਖ ਸੁੱਖ ਪਾਈ ਜਿਹੜਾ ਦੁੱਖ ਔਰ ਸੁੱਖ ਹੈ ਉਹਨਾਂ ਦਾ ਵੀ ਇੱਕ ਲਿਖਿਆ ਹੋਇਆ ਨਿਜ਼ਾਮ ਹੈ ਇਹਦੀ ਜਿਹੜੀ ਇਹਦੀ ਇਹਦੀ ਜਿਹੜੀ ਜਿਹੜੀ ਆਮ ਤਸ਼ਰੀਹ ਜਿਹੜੀ ਆਮ ਲੋਕ ਜਾਂ ਆਮ ਔਰਗਨਾਈਜ਼ਡ ਮਜ਼ਹਬ ਵਾਲੇ ਕਰਦੇ ਨੇ ਉਹ ਤੇ ਇਹੋ ਹੀ ਕਰਦੇ ਨੇ ਕਿ ਜਦੋਂ ਰੱਬ ਕਿਸੇ ਨੂੰ ਰੱਬ ਨੇ ਜਦੋਂ ਸੰਸਾਰ ਬਣਾਇਆ ਤੇ ਉਹਦੇ ਵਿੱਚ ਉਹਦਾ ਪੂਰਾ ਸਕ੍ਰਿਪਟ ਲਿਖ ਦਿੱਤਾ ਹਰ ਬੰਦੇ ਦੀ ਕਿਸਮਤ ਲਿਖ ਦਿੱਤੀ ਹਰ ਬੰਦੇ ਦੀ ਤਕਦੀਰ ਲਿਖ ਦਿੱਤੀ ਤੇ ਉਹਦੇ ਮੁਤਾਬਕ ਹੀ ਉਹਦੇ 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 ਉਸ ਲਿਖੇ ਹੋਏ ਦੇ ਮੁਤਾਬਕ ਹੋ ਰਿਹਾ ਹੈ ਇਹ ਆਮ ਤੌਰ ਤੇ ਕਿਹਾ ਜਾਂਦਾ ਹੈ ਮਿਸਾਲ ਦੇ ਤੌਰ ਤੇ ਕਹਿਣਗੇ ਜੀ ਲਿਖੀਆਂ ਨਾ ਮੁੜੀਆਂ ਮੇਰੇ ਸੌਂ ਗਏ ਨੇ ਭਾਗ ਵੇ ਮਤਲਬ ਲਿਖੀ ਹੋਈ ਜਿਹੜੀ ਹੈ ਉਹ ਉਹ ਮੁੜਦੀ ਨਹੀਂ ਹੈ ਲੇਕਿਨ ਬਾਬਾ ਗੁਰੂ ਨਾਨਕ ਜੀ ਔਰ ਇਸੇ ਤਰ੍ਹਾਂ ਜਿਹੜੀ ਬੁੱਧ ਮਤ ਔਰ ਹਿੰਦੁਸਤਾਨ ਦੇ ਜਿਹੜੇ ਮੋਸਟਲੀ ਫਿਲਾਸਫੀਜ਼ ਨੇ ਮੋਸਟਲੀ ਫਿਲਾਸਫੀਜ਼ ਨਾ ਸਿਰਫ ਬੁੱਧ ਮਤ ਬਲਕਿ ਦੂਸਰੀ ਫਿਲਾਸਫੀਜ਼ ਉਹ ਇੱਥੋਂ ਸ਼ੁਰੂ ਹੁੰਦੀਆਂ ਨੇ ਕਿ ਦੁਨੀਆਂ 'ਚ ਜਿਹੜਾ ਦੁੱਖ ਹੈ ਇਹ ਸਦਾ ਵਰਤ ਹੈ ਦੁਨੀਆਂ ਦੁੱਖਾਂ ਨਾਲ ਭਰੀ ਹੋਈ ਹੈ ਇਹ ਟੇਕਨ ਫਾਰ ਗਰਾਂਟਡ ਲੋ ਹੁਣ ਉਸ ਦੁੱਖ ਤੋਂ ਕਿਵੇਂ ਬਚਣਾ ਹੈ ਉਹਦੇ ਤੋਂ ਕਿਵੇਂ ਨਿਕਲਣਾ ਹੈ ਉਹਦੇ ਲਈ ਜਿਹੜੀਆਂ ਮਜ਼ਹਬੀ ਰਿਚੁਅਲਸ ਨੇ ਉਹ ਕਰੋ ਤੇ ਉਹਦੇ ਨਾਲ ਤੁਹਾਨੂੰ ਖੁੱਲ ਜਾਂ ਨਿਜਾਤ ਜਾਂ ਮੋਕਸ਼ਾ ਮਿਲੇਗਾ ਪਰ ਬਾਬਾ ਜੀ ਇੱਥੇ ਕਹਿ ਰਹੇ ਨੇ ਕਿ ਜਿਹੜਾ ਦੁੱਖ ਔਰ ਸੁੱਖ ਹੈ ਉਹ ਵੀ ਇੱਕ ਲਿਖਿਆ ਹੋਇਆ ਕਾਨੂੰਨ ਹੈ ਯਾਨੀ ਜਦੋਂ ਦੁੱਖ ਦੇ ਪੈਦਾ ਹੋਣ ਔਰ ਸੁੱਖ ਦੇ ਪੈਦਾ ਇਹ ਨਹੀਂ ਹੈ ਕਿ ਤੁਸੀਂ ਇਹ 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 ਟੇਕਨ ਫਾਰ ਗਰਾਂਟਡ ਲੈ ਲਓ ਕਿ ਦੁਨੀਆਂ ਜਿਹੜੀ ਹੈ ਉਹ ਉਹਨੇ ਦੁੱਖਾਂ ਨਾਲ ਭਰਿਆ ਹੋਣਾ ਹੀ ਹੈ ਇਹ ਇਹਨੂੰ ਤੁਸੀਂ ਇੱਕ ਯੂਨੀਵਰਸਲ ਟਰੂਥ ਦੇ ਤੌਰ 'ਤੇ ਨਹੀਂ ਲੈ ਸਕਦੇ ਬਲਕਿ ਇਹ ਹੈ ਕਿ ਜਿਹੜੇ ਦੁੱਖ ਔਰ ਸੁੱਖ ਦੋਨੋਂ ਜਿਹੜੇ ਨੇ ਉਹ ਖਾਸ ਕਾਨੂੰਨ ਦੇ ਤਹਿਤ ਇਹ ਖਾਸ ਯੂਨੀਵਰਸ ਦੀ ਇਹ ਖਾਸ ਚਲਤ ਇਹ ਖਾਸ ਕਾਨੂੰਨ ਦੇ ਤਹਿਤ ਦੋਵੇਂ ਪੈਦਾ ਹੋ ਰਹੇ ਨੇ ਤੇ ਇਸ ਲਈ ਉਸ ਕਾਨੂੰਨ ਨੂੰ ਅਗਰ ਤੁਸੀਂ ਸਮਝ ਲਓ ਤੇ ਫੇਰ ਤੁਸੀਂ ਉਹਦਾ ਉਹਦੇ ਨਾਲ ਨਿਬੜ ਸਕਦੇ ਹੋ ਅਗਲੀ ਲਾਈਨ ਕੀ ਹੈ ਜੀ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਈਏ ਆਓ ਇਹ ਬੜੀ ਇਹ ਜਿਹੜੀ ਹੈ ਨਾ ਇਹ ਬੜੀ ਇਹ ਬਹੁਤ ਹੀ ਦਿਲਚਸਪ ਔਰ ਪੇਚਦਾਰ ਲਾਈਨ ਹੈ ਕਿ ਇੱਕ ਇੱਕ ਨੂੰ ਤੇ ਤੂੰ ਹੁਕਮ ਇੱਕ ਇੱਕ ਜਿਹੜੇ ਨੇ ਉਹਨਾਂ ਨੂੰ ਤੇ ਹੁਕਮ ਦੇ ਨਾਲ ਬਖਸ਼ਿਸ਼ ਮਿਲ ਜਾਂਦੀ ਹੈ ਤੇ ਦੂਜੇ ਜਿਹੜੇ ਨੇ ਇੱਕ ਜਿਹੜੇ ਨੇ ਦੂਜੇ ਜਿਹੜੇ ਨੇ ਉਹ ਉਹ ਸਦਾ ਮਰਨ ਜੀਣ ਦੇ ਗੇੜ ਵਿੱਚ ਪਏ ਰਹਿੰਦੇ ਨੇ ਇਹਦਾ ਜਿਹੜਾ ਲਫਜ਼ੀ ਮਤਲਬ ਤੇ ਇਹ ਹੈਗਾ ਜਿਹਨੂੰ
मेरे ख्याल उर्दू च आवागमन भी कहते हैं। तो यह क्या जाता है कि जेड़े थोड़े जेड़े इस जिंदगी दे विच तुसी जेड़े अमल किए ने तुसी जेड़ा दूजा जीवन है उहदे विच तुसी किसी होर जून में आ जाओगे और ये मुख्तलिफ जूनां च आउंदे रहोगे जिन्ना चिर तक तुहाडी निजात नहीं हुंदी। ते ये जिहड़ा इहदा आम तसर इंप्रैशन मिलता है इस लाइन का हुक्मी ये के हुक्म दे नाल बख्शिश मिलती है ते हुक्म दे नाल ही पौंदे रहिंदे ने। इहदे विच इवें लगता है कि जिवें आम इहदा जिहड़ा तसर तुसीं लैंदे हो मैं भी लैंदा है ਉਹ ਇਹ ਹੈ ਕਿ ਜਿਹੜੀ ਬਖਸ਼ਿਸ਼ ਹੈ ਬਖਸ਼ਿਸ਼ ਤੋਂ ਮੁਰਾਦ ਜਿਹੜੀ ਆਜ਼ਾਦੀ ਹੈ ਖੁੱਲ੍ਹ ਹੈ ਉਹ ਪਰਮਾਤਮਾ ਦੀ ਮਿਹਰ ਦੇ ਨਾਲ ਮਿਲਦੀ ਉਹਦੀ ਮਿਹਰ ਦੇ ਨਾਲ ਮਿਲਦੀ ਹੈ। ਮਤਲਬ ਉਹ ਰਾਜ਼ੀ ਹੋ ਜਾਵੇ ਤੇ ਤੁਹਾਨੂੰ ਬਖਸ਼ ਦਿੰਦਾ ਹੈ ਤੇ ਜੇ ਉਹ ਨਾਰਾਜ਼ ਹੋ ਜਾਵੇ ਤੇ ਤੁਹਾਨੂੰ ਨਹੀਂ ਬਖਸ਼ਦਾ। ਇਹ ਤੁਸੀਂ ਵੇਖੋਗੇ ਕਿ ਇਹ ਪੂਰੀ ਪੰਜਾਬੀ ਸ਼ਾਇਰੀ ਦੇ ਵਿੱਚ ਬਾਕੀ ਜਿਹੜੇ ਵੱਡੇ ਸ਼ਾਇਰ ਨੇ ਉਹਨਾਂ ਨੇ ਵੀ ਇਸ ਨੂੰ ਇੰਝ ਹੀ ਪੇਸ਼ ਕੀਤਾ ਹੈ ਕਿ ਉਹਦੀ ਮਰਜ਼ੀ ਹੈ ਕਿ ਉਹ ਤੁਹਾਨੂੰ ਕਬੂਲ ਕਰੇ ਅਤੇ ਉਹਦੀ ਮਰਜ਼ੀ ਹੈ ਕਿ ਤੁਹਾਨੂੰ ਕਬੂਲ ਨਾ ਕਰੇ। लेकिन यह है कि इहदा मतलब यह होया कि अगर दो बंदे बिल्कुल इको जे होण, फर्ज करो वो इको जे हैगे ने, उन्हां दे अमल भी जिहड़े सारे ने वो आइडेंटिकल ने, लेकिन एक जिहड़ा है ਉਹਦੇ ਉੱਤੇ ਮਿਹਰ ਹੋ ਜਾਂਦੀ ਹੈ ਉਹ ਬਖਸ਼ਿਆ ਜਾਂਦਾ ਹੈ ਅਤੇ ਦੂਸਰਾ ਜਿਹੜਾ ਹੈ ਉਹ ਉਹੋ ਹੀ ਕੰਮ ਕਰਦਿਆਂ ਉਹ ਰੱਦ ਹੋ ਜਾਂਦਾ। ਮਤਲਬ ਜੇ ਅਸੀਂ ਬਖਸ਼ਿਸ਼ ਨੂੰ ਇਹ ਮੰਨੀਏ ਕਿ ਇਹ ਉੱਤੇ ਵਾਲੇ ਦੀ ਪਰਮਾਤਮਾ ਦੀ ਮਰਜ਼ੀ ਹੈ ਜੋ ਇਹ ਕਰੇ ਅਤੇ ਫਿਰ ਇਹਦਾ ਮਤਲਬ ਹੈ ਕਿ ਫਿਰ ਇਹਦਾ ਮਤਲਬ ਇਹ ਹੈ ਕਿ ਬਖਸ਼ਿਸ਼ ਦਾ ਕੋਈ ਕਾਨੂੰਨ ਨਹੀਂ ਹੈ। ਬਖਸ਼ਿਸ਼ ਜਿਹੜੀ ਹੈ ਉਹ ਪਰਮਾਤਮਾ ਦੀ ਵਿਲ ਹੈ, ਉਹਦੀ ਰਾਜ਼ੀ ਹੋਣਾ ਜਾਂ ਨਾ ਰਾਜ਼ੀ ਹੋਣਾ ਹੈ, ਇੰਝ ਹੀ ਹੋਇਆ ਨਾ ਜੀ। ਅਤੇ ਜੇ ਉਹ ਰਾਜ਼ੀ ਨਾ ਹੋਵੇ ਤਾਂ ਤੁਸੀਂ ਸਦਾ ਮਰਨ ਜੀਣ ਦੇ ਗੇੜ ਦੇ ਵਿੱਚ ਪਏ ਰਹੋਗੇ। ਲੇਕਿਨ ਜਦੋਂ ਬਾਬਾ ਜੀ ਇਹਦੇ ਨਾਲ ਹੁਕਮੀ ਲਾ ਦਿੰਦੇ ਨੇ ਨਾ, ਤੇ ਹੁਕਮੀ ਦਾ ਮਤਲਬ ਹੈ ਕਿ ਉਹ ਨੈਸੈਸਰੀ ਹੈ, ਹੁਕਮ ਜਿਹੜਾ ਹੈ ਉਹ ਨੈਸੈਸਰੀ ਹੈ, ਉਹਦੀ ਬਾਂਗ ਹੈ, ਉਹ ਜਿਹੜੀ ਮਰਜ਼ੀ ਹੁੰਦੀ ਹੈ ਨਾ, ਜਾਂ ਕਿਸੇ 'ਤੇ ਮਿਹਰ ਕਰਨਾ ਜਾਂ ਕਿਸੇ ਉੱਤੇ ਮੁਹੱਬਤ ਕਰਨਾ ਜਾਂ ਕਿਸੇ ਦੇ ਨਾਲ ਰਾਇਤ ਕਰਨਾ, ਕੀ ਇਨਸਾਨੀ ਖਸੀਅਤਾਂ ਨੇ ਜਿਹੜੀਆਂ ਅਸੀਂ ਰੋਜ਼ ਬਰੋਜ਼ ਜ਼ਿੰਦਗੀ ਦੇ ਵਿੱਚ ਵੇਖਦੇ ਹਾਂ। ਮਿਸਾਲ ਦੇ ਤੌਰ 'ਤੇ ਅਗਰ ਬਾਦਸ਼ਾਹ ਜਿਹੜਾ ਹੈ ਉਹ ਕਿਸੇ 'ਤੇ ਖੁਸ਼ ਹੋ ਜਾਵੇ ਤਾਂ ਉਹਨੂੰ ਜਾਗੀਰਾਂ ਦੇ ਦਿੰਦਾ ਹੈ, ਤੇ ਜੇ ਨਾਰਾਜ਼ ਹੋ ਜਾਵੇ ਤੇ ਉਹਦਾ ਗਾਠਾ ਲਵਾ ਦਿੰਦਾ। ਤੇ ਇਸੇ ਹੀ ਤਰੀਕੇ ਦੇ ਨਾਲ ਪਰਮਾਤਮਾ ਉਹਨੂੰ ਵੀ ਕੰਸੀਵ ਕੀਤਾ ਜਾਂਦਾ ਹੈ ਕਿ ਉਹ ਵੀ ਅਗਰ ਕਿਸੇ ਦੇ ਖੁਸ਼ ਹੋ ਜਾਵੇ ਤੇ ਉਹਨੂੰ ਬਖਸ਼ ਦੇਵੇ, ਤੇ ਕਿਸੇ ਦੇ ਉੱਤੇ ਖੁਸ਼ ਨਾ ਹੋਵੇ ਤੇ ਉਹਨੂੰ ਉਹ ਹਮੇਸ਼ਾ ਮਰਨ ਜੀਣ ਦੇ ਗੇੜ ਚ ਪਾਉਂਦਾ ਰਹੇ। ਲੇਕਿਨ ਮੇਰਾ ਆਪਣਾ ਇਹ ਖਿਆਲ ਹੈ ਕਿ ਜਿਹੜਾ ਬਾਬਾ ਜੀ ਇਹਨੂੰ ਹੁਕਮ ਦੇ ਨਾਲ ਜੋੜ ਰਹੇ ਨੇ, ਹੁਕਮੀ
हुक्मी बख्शीश जड़ी होनी है उदा मतलब है कि एक जिंदगी दा या संसार दे चलन दा एक ओ तरीका है जिदे विच तुहानू खुल मिलदी है ते एक दूजा तरीका है जिदे विच तुसी भौंदे रहिंदे हो। आम तौर ते जिहड़ा संसार दे नाल एकता है जिहड़ी है उहदे टकरा दा ना होना ਉਹ ਤੁਹਾਡੀ ਉਹ ਜਦੋਂ ਤੁਸੀਂ ਉਸ ਤਲਕ ਵਿੱਚ ਆ ਜਾਂਦੇ ਤੇ ਤੁਹਾਨੂੰ ਖੁੱਲਦਾ ਅਹਿਸਾਸ ਹੁੰਦਾ ਹੈ ਤੇ ਜੇ ਤੁਸੀਂ ਆਪਣਾ ਟਕਰਾਅ ਦੇ ਵਿੱਚ ਰਹਿੰਦੇ ਹੋ ਸੰਸਾਰ ਦੀਆਂ ਕਾਨੂੰਨਾਂ ਦੇ ਨਾਲ ਤੁਸੀਂ ਟਕਰਾਉਂਦੇ ਰਹਿੰਦੇ ਹੋ ਤੇ ਤੁਸੀਂ ਤੁਹਾਡੀ ਜਿਹੜੀ ਹਾਲਤ ਹੈ ਉਹ ਇੰਝ ਹੈ ਕਿ ਜਿਵੇਂ ਤੁਸੀਂ ਐਵੇਂ ਭੌਂਦੇ ਫਿਰ ਰਹੇ ਹੋ ਇੱਕ ਹੀ ਸ਼ਾਇਦ ਇਰਦ ਗਿਰਦ ਭੌਂਦੇ ਫਿਰ ਰਹੇ। ਠੀਕ ਡਾਕਟਰ ਸਾਹਿਬ ਇੱਕ ਕੁਇਕ ਕੁਐਸਚਨ ਸੋਰੀ ਪਲੀਜ਼ ਜਸਟ ਟੂ ਕਲੈਰੀਫਾਈ ਜਰਾ ਦਿਓ ਮੈਨੂੰ ਇੱਕ ਮਿੰਟ जी सवाल डॉक्टर साहब मेरा क्वेश्चन सिर्फ क्विकली है सी कि कैन वी से कि बाबा जड़ा है वाहदतुल वजूद दा टीचर सी। यार ये जड़ी टर्मिनोलॉजी है ना मुसलमानों दी ते हिंदुओं दी ते बाकियां दी मैं उस टर्मिनोलॉजी च नहीं जांदा मतलब ਉਬਾਦਤੁਲ ਵਜੂਦ ਦੇ ਵੀ ਕਈ ਮਤਲਬ ਨੇ ਡਾਕਟਰ ਸਾਹਿਬ ਸੋਰੀ ਅਸੀਂ ਉਸ ਟਰਮੀਨੋਲੋਜੀ ਚ ਨਹੀਂ ਪਹਿਚਾਣਦੇ ਇਸਲਾਮਿਕ ਵਿਊ ਚ ਨਹੀਂ ਲੇਕਿਨ ਕਿ ਬੰਦਾ ਜੋ ਕਰਦਾ ਉਹ ਉਹ ਹੀ ਕਿਰਪਾ ਹੈ ਉਹੀ ਹੁਕਮ ਹੈ ਨਹੀਂ ਨਹੀਂ ਉਬਾਦਤੁਲ ਵਜੂਦ ਹੋਰ ਚੀਜ਼ ਹੈਗੀ ਹੈ ਇਹ ਇਹ ਜਿਹੜੀ ਬਾਬਾ ਗੁਰੂ ਨਾਨਕ ਜੀ ਜੋ ਜੋ ਕਹਿ ਰਹੇ ਨੇ ਉਹ ਹੋਰ ਹੈ ਉਬਾਦਤੁਲ ਵਜੂਦ ਤੇ ਇਹ ਹੈ ਨਾ ਕਿ ਜਿਹੜਾ ਹਰ ਵਜੂਦ ਹੈ ਉਹ ਇੱਕ ਵਜੂਦ ਦੇ ਇੱਕ ਹੀ ਵਜੂਦ ਦਾ ਹਿੱਸਾ ਹੈ ਇੰਜ ਹੀ ਹੈ ਨਾ ਜੀ ਡਾਕਟਰ ਸਾਹਿਬ ਇੱਕ ਗੁਜ਼ਾਰਿਸ਼ ਹੈ ਕਿ ਤੁਸੀਂ ਨਾ ਆਨਸਰ ਦਾ ਸਿਲਸਿਲਾ ਐਂਡ ਤੇ ਰੱਖ ਲਓ ਇੰਨਾ ਮਜ਼ਾ ਆ ਰਿਹਾ ਨਾ ਤੁਸੀਂ ਆਪਣੀ ਕੰਟੀਨਿਊ ਕਰ ਲਓ ਉਸ ਤੋਂ ਬਾਅਦ ਐਂਡ ਤੇ ਸਵਾਲ ਜਵਾਬ ਕਰਨਾ ਅੱਛਾ ਤੇ ਇਹ ਜਿਹੜੀ ਇਹ ਜਿਹੜੀ ਬਖਸ਼ਿਸ਼ ਹੈ ਔਰ ਇਹ ਜਿਹੜੀ ਜਿਹੜੀ ਸਦਾ ਗੇੜ ਵਿੱਚ ਰਹਿਣਾ ਹੈ ਇਹ ਜੀਵਨ ਦੇ ਸੰਸਾਰ ਦੇ ਖਾਸ ਤਰ੍ਹਾਂ ਦੇ ਚੱਲਣ ਦੇ ਕਾਨੂੰਨਾਂ ਦੇ ਤਹਿਤ ਹੈ ਇਹ ਕਿਸੇ ਬਾਹਰ ਵਾਲੇ ਦੀ ਮਰਜ਼ੀ ਮਿਹਰ ਦੇ ਨਾਲ ਨਹੀਂ ਹੁੰਦੀ ਕਿਉਂਕਿ ਅਸੀਂ ਸਾਰੀਆਂ ਜਿਹੜੀਆਂ ਇਨਸਾਨ ਜਿਵੇਂ ਸੋਚਦਾ ਮਹਿਸੂਸ ਕਰਦਾ ਹੈ ਮਤਲਬ ਇਹ ਹੈ ਕਿ ਜਿਹੜੀ ਬੰਦੇ ਦੀ ਜਿਹੜੀ ਮਰਜ਼ੀ ਹੈ ਜਾਂ ਬੰਦੇ ਦੀ ਕਿਸੇ ਦੇ ਨਾਲ ਮੇਰ ਮੁਹੱਬਤ ਹੈ ਉਹ ਤੇ ਵਕਤੀ ਹੈ ਨਾ ਉਹ ਅੱਜ ਹੈ ਕੱਲ੍ਹ ਨਹੀਂ ਹੈਗੀ ਉਹ ਤਬਦੀਲ ਹੋ ਸਕਦੀ ਹੈ ਅੱਜ ਰਾਜ਼ੀ ਹੋ ਕੱਲ੍ਹ ਨਹੀਂ ਰਾਜ਼ੀ ਹੋ ਉਹ ਤਬਦੀਲ ਹੋ ਸਕਦੀ ਹੈ ਬਦਲਣਹਾਰ ਹੈ ਉਹ ਲੇਕਿਨ ਜਿਹੜਾ ਕਾਨੂੰਨ ਹੈ ਬਖਸ਼ਿਸ਼ ਦਾ ਉਹ ਤੇ ਬਦਲ ਨਹੀਂ ਸਕਦਾ ਉਹ ਇਹ ਨਹੀਂ ਕਿ ਅੱਜ ਹੋਰ ਹੈ ਤੇ ਕੱਲ ਹੋਰ ਹੋ ਜਾਏਗਾ ਇੱਕ ਬੰਦੇ ਨਾਲ ਹੋਰ ਹੈ ਤੇ ਦੂਜੇ ਬੰਦੇ ਨਾਲ ਹੋਰ ਹੋ ਜਾਏਗਾ ਇੰਜ ਨਹੀਂ ਹੋ ਸਕਦਾ ਉਹ ਸੋ ਇਹ ਇਹਦੀ ਜਿਹੜੀ ਜਿਹੜਾ ਸੱਤ ਹੈ ਇਸ ਲਾਈਨ ਦਾ ਇਹ ਹੈ ਅਗਲੀ ਲਾਈਨ ਕੀ ਹੈ ਜੀ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਹਾਂਜੀ ਇਹਦੇ ਵਿੱਚ ਵੇਖੋ ਹੁਣ ਤੁਸੀਂ ਇਹ ਜਿਹੜੀ ਪਹਿਲੀ ਗੱਲ ਅਸੀਂ ਕੀਤੀ ਹੈ ਬਖਸ਼ਿਸ਼ ਵਾਲੀ ਤੇ ਭੌਂ ਵਾਲੀ ਤੇ ਇਹ ਸਾਰੀਆਂ ਗੱਲਾਂ ਜਿਹੜੀਆਂ ਕੀਤੀਆਂ ਨੇ ਇਹਨਾਂ ਉੱਤੋਂ ਕਨਕਲੂਜਨ ਜਾਂ ਇਹਨਾਂ ਨੂੰ ਇਵੇਂ ਇੱਕ ਫਿਕਰੇ ਚ ਸਮਝਿਆ ਜਾ ਸਕਦਾ ਹੈ
कि हर शै हुकम दे अंदर है, हर शै एक कानून दे परोया हुआ कानून है जिदे विच रह के चल रही है। हुकम तो बाहर जाया जा नहीं सकता, हुकम तो बाहर कानून संसार दे कानून तो बाहर जान दा कोई तसव्वुर ही नहीं है। तुसी चाहो या ना चाहो तुसी रहना संसार दे कानून दे हेठ ही है। अंदर भी हुकम है ते बाहर भी हुकम है, मतलब हर शायद जड़ी है उदे जड़ी अंदर अंदर ले डायनामिक्स ने ते जड़े बाहर दे डायनामिक्स ने वो सारे जड़े ने वो कानून दे तहत एक कानून दे तहत मरतब होए ने, तरतीब दी गई है उन्हें दी, उत्तु बाहर नहीं जाया जा सकता। सो लहाजा जड़ी हुकूम है मुख्तलिफ आस्पेक्ट्स नूं गुरु नानक जी साढ़े ते खोल रहे ने, लेकिन जाहिर गल है कि इहदे उत्ते ते ओ कई हजार सफे होर भी लिख सकते सन, लेकिन जाहिर गल है कि ओ लोकां नूं या साढ़े तक गल करन लई ओनू चंद लाइनां दे विच चंद इशारियां दे विच ही ओ गल कर सकते सन। अगली लाइन की है जी, नानक हुक्मे जे बुझे ता होमे कहे न कोई। ये भी बड़ी दिलचस्प है, बुझे ना मतलब है कि ये जड़ी हुक्म है ये एक तरह की बुझारत है कि तुहानू अपने आप तुहानू सब समझ नहीं है, समझ नहीं आ सकती, पर जे तुसी हुकम नू बुझ लो। ये जड़ियां सारियां गल्लां इस पौड़ी दे विच होईयां ने जड़ियां मम्मी जिवें तशरीह उहनां दी कीती है, जे ये तुसी बुझ लो, बुझ लो तो मतलब है तुसी इहदी कुंडी नू समझ लो, होमे कहे ना कोई ते फिर कोई मैं नहीं कह सकता। होमे का मतलब होता है मैं, ईगो, मतलब ये है कि फिर ये कोई नहीं कह सकता कि उहदे लई संसार का कानून जिहड़ा है वो कोई वखरा है। मिसाल दे तौर दे उत्ते ब्राह्मण ए नहीं, जे ओ जे उन्नू ए गल समझ आ जावे कि जेड़ा हुकम है वो यूनिवर्सल है ते फिर वो ए नहीं कह सकदा कि मैं ब्राह्मण है ते मेरे लिए कानून वख है ते जेड़ा शूदर है उहदे लिए कानून वख है, या पहाड़ां ली कानून होर है ते समुंदर ली कानून होर है, वगैरा वगैरा। तुसी इहदियां बहुत सारियां मिसालां लै सकदे हो। आम तौर ते 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 असी जिहड़ी समाज दे विच रहिंदे हां, असी समाज विच रहिंदे होए हां ते होमे दा शिकार जरूर हुंदे हां। असी समझदे हां कि साडे विचों तकरीबन हर बंदा ये समझदा है कि वो बहुत यूनीक है, वो बहुत खास है, और जो कुछ वो हैगा है वो कोई होर शै नहीं हो सकती, ते इसलिए वो तवक्को भी उदियां एक्सपेक्टेशन भी यो एक्सेप्शनल होंदियां ने, अपने आप नूं बाकियां तो वक्त समझ के जड़ी है वो एक्सपेक्टेशंस करता है, मेरे नाल क्यों होया, मेरे नाल ये जुल्म जड़ा है वो तकदीर ने किया, वगैरह सारिया गल्लां जड़ियां असी होमे दे तहत करने हैं। पर इत्थे गुरु नानक जी कह रहे हैं कि जे तुसी
ये सारी जो कुछ पहले किया गया है हुक्म के बारे च, अगर इन्हू तुसी सही तरह समझ लो, इन्हू तुसी अंदर समो लो अपने, ते फिर तुसी मैं नहीं कह सकते हो, यानी फिर तुसी संसार दे दे विच दा संसार का ही अपने आप नू हिस्सा समझ सकते हो, और फिर तुसी इहो ही समझ सकते हो कि जिवें बाकी संसार जिहड़ा है वो एक कानून के तहत चल रहा है, तो वह कानून मेरे ते भी उवें लागू हुंदा है, मैं कोई खास चीज नहीं हैगी। ते नानक हुक्मे जे बुझे जे बुझ लवो, एक पचीदा या बात है या बुझारत है हुक्म दी, ते फिर तुसी अपनी ईगो छड़ सकदे हो। चलो जी, मेरे इन्नी गल है, तो हुण तुसी जिहड़े सवाल ने ओह पुछ लो। सर जी, गोइंग बैक टू दैट लाइन, एक ना हुक्मी बख्शीश एक हुक्मी सदा पवाइए। हाँ जी, कैन वी इंटरप्रेट इट एज के भी ओही गल फिर अखीरली गल तो बाद जाके तुसी वापस जद उथे जांदे हो कि जे इंसान ए समझ लवे कि मैं इस हुक्म दे तहत रहना है, मैं आई एम आल्सो पार्ट ऑफ द लॉज ऑफ नेचर, ते फिर पौन दी जरूरत नहीं। एक हुक्मी जेड़ा जेड़ा उस हुक्म नु नहीं समझ रहा, ओ फिर पौंदा है, ओ फिर लभदा फिरदा है इधर उधर के भी यू नो कि मैं बदल सका अपना अपना जेदे थले मैं रह रही। हाँ बिल्कुल सही है, ये जोड़ जेड़ा तुसी लाया आखर दा ते उथे ये जोड़ लग सकदा है। मतलब ये हुई है कि जेड़ा ते हुक्म नू बुझ लेंदा है वो ते हुक्म दे नाल एकता कर लेंदा है, ते उदा टाकरा हुक्म जेड़ा कर जेड़ा संसारी कानून है उदे नाल नहीं हुंदा। ते जेड़ा नहीं समझदा, जिन्हू समझ नहीं आउंदी, जेड़ा मैं दे चक्कर विच पिया हुंदा है, उदा हर वेले टकराव हुंदा है और वो हर वेले जंग दी हालत विच हुंदा है। ओदी मैं जिहड़ी है वो हर शायद नाल लड़ रही हुंदी है। डॉक्टर साहब, है तुसी कालू बला लफ्ज उहदा थोड़ा जिहा अर्थ भी दसो। कालू बला दा मतलब है उसने कहा के हो जा। कौन? हाँ जी, मतलब खुदा ने कहा हो जा, ते जड़ी जड़ा पूरी जहान है वो पैदा हो गया। देखो ना, मजहबां दे विच ते तसव्वुर इहो ही है के किसी भी एक हस्ती ने परमात्मा ने रब ने ब्रह्मा ने उन्होंने एक खास मौके ते उन्होंने ये उन्होंने मर्जी हुई कि मैं कायनात क्रिएट करनी है, तो उन्होंने एक मर्जी दे नाल एक वेले च कायनात क्रिएट कर दी। ते मतलब ये है कि वह किसी असूल के तहत कानून के तहत नहीं सी, बल्कि वह उस एक्सटर्नल हस्ती दी रजा या उदी मर्जी दी पाबंद सी। ते फिर तुसी देखो ना, नाल तुसी ये भी तुहानू इन्हां मजहबां दे विच दस्सिया जांदा है, ये हुई है कि जदों बंदा पैदा होया जमीन दे उत्ते ते उन्हों पूरी जबान भी आउंदी सी, ते उन्हों बाकी सारियां चीजां भी आउंदियां सन। हुण ते जिहड़ी तुसी जिहड़ी डार्विनिज्म दे तहत और बाकी जिन्हें भी जिंदगी दे आस्पेक्ट्स ने उन्हां दे उत्ते जिहड़ी रिसर्च हुई है, वो ते इहो हुई है ना कि बंदे दा खुद जुस्सा किवें हौली हौली इस शक्ल च है जिस शक्ल च हुण है वा, जबान जिहड़ी है वो किवें किवें हौली हौली अगे वधी है।
मतलब ये है कि जिवें मजमा च कहा जाता है कि बंदे नूं पूरा बना के उतारिया गया सी, इंज नहीं है, बल्कि बंदा जिहड़ा है उह इक जरसूमे तों पैदा हो के ते उह अगे तक पहुंचिया है। और इसे तरह यूनिवर्स दे विच बाकी चीजां वी पहुंचियां। ए तुसी अच्छी मिसाल दित्ती सी अपना सेल्फिश दी सेल्फिश जीन वाली, और वो ठीक है कि वो जीन आपे एवोल्यूशन दा हिस्सा है और इस तरह ही वो अगे वधदा है। पर जिहड़ी तुसी इहदे ते कालू बला दी गल कीती है ऑर्गेनाइज्ड रिलीजन दी, ते ऑर्गेनाइज्ड रिलीजन विच इही कहिंदा ना कि देयर आर सर्टेन लॉज, उस लॉज दे तहत ही सारा कुछ चलना है, भावे वो एक्सटर्नली इम्पोज ने। नहीं फिर कहो के ऑर्गेनाइज्ड रिलीजन कोई भी होए वो भी ते यही कर कहंदा है ना कि जी ये रब ने बनाया है ते रब दे ही जेड़े लॉज ने वो ही चलते ने, वो लॉज नु फॉलो करना है। नहीं ओदे विच ये है ना रब ने बनाए ने, आओ यानी रब एक वख हस्ती है जिन्ने वो बनाए ने, हां यानी कानून अपने थां ते ने ते वो अपने थां ते है। अच्छा 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 ठीक है ठीक 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 लॉजिकल रिजल्ट ऑफ डीड्स थॉट्स और बंदे दी जिहड़ी सोच है ओहदा आउटकम हुंदा है या कि इहदे च किसी ताकत दी डिस्क्रिप्शन भी शामिल है? गल हो रही है ਇਹੋ ਤੇ ਸਾਰੀ ਬਹਿਸ ਹੋ ਰਹੀ ਹੈ ਕਿ ਜੇ ਬਖਸ਼ਿਸ਼ ਜਿਹੜੀ ਹੈ ਉਹ ਕਿਸੇ ਦੀ ਮਿਹਰ ਦੇ ਨਾਲ, ਕਿਸੇ ਦੀ ਨਜ਼ਰੇ ਕਰਮ ਦੇ ਨਾਲ, ਕਿਸੇ ਦੀ ਮਰਜ਼ੀ ਦੇ ਨਾਲ ਹੋਣੀ ਹੈ, ਤੇ ਮਰਜ਼ੀ ਦਾ ਤੇ ਕੋਈ ਮਰਜ਼ੀ ਤੇ ਜਿਹੜੀ ਹੈ ਉਹ ਬਦਲ ਵੀ ਸਕਦੀ ਹੈ, ਮਰਜ਼ੀ ਤੇ ਜਿਹੜੀ ਹੈ ਉਹ ਉਹ ਕੋਈ ਸਦਾ ਵਰਤ ਨਹੀਂ ਹੈਗੀ। मतलब ये है कि दो ही, मैं जिमें मिसाल दिती सी कि अगर दो आइडेंटिकल बंदे होन ते एक उन्हां विचों एक दे उत्ते मेहर हो जाएगी तो बख्शिया जाएगा, तो दूजे ते मेहर नहीं होगी तो पौंदा रहेगा। तो ये मेहर दे जे फलसफे नूं मनीए जे ते फिर ते ये है कि जे बख्शिश नूं एक हुक्म ਦਾ ਹਿੱਸਾ ਮੰਨੀਏ ਤੇ ਫਿਰ ਇਹ ਹੈ ਕਿ ਦੋ ਆਇਡੈਂਟੀਕਲ ਜਿਹੜੇ ਬੰਦੇ ਨੇ ਜਾਂ ਦੋ ਆਇਡੈਂਟੀਕਲ ਜਿਹੜੀਆਂ ਲਿਵਿੰਗਸ ਨੇ ਉਹ ਉਹਨਾਂ ਦਾ ਵੱਖ ਵੱਖ ਰਿਜ਼ਲਟ ਨਹੀਂ ਨਿਕਲ ਸਕਦਾ, ਉਹ ਇੱਕ ਹੀ ਕਾਨੂੰਨ ਉਹ ਇੱਕ ਹੀ ਤਰ੍ਹਾਂ ਕਾਨੂੰਨ ਉਹਨਾਂ ਉੱਤੇ ਲੱਗੇਗਾ। ਸਰ ਜੀ ਬਖਸ਼ਿਸ਼ ਇਜ਼ ਓਨਲੀ ਦ ਫੈਕਟ ਕਿ ਤੁਸੀਂ ਜਿਹੜਾ ਇਨਸਾਨ ਸਮਝ ਜਾਂਦਾ ਆ ਕਿ ਆਈ ਐਮ ਮੈਂ ਇਸ ਨੇਚਰ ਦੇ ਲਾਅ ਦੇ ਹੇਠ ਹੈਗਾ ਹੈ, ਉਹ ਬਖਸ਼ਿਸ਼ ਹੈਗੀ ਹੈ। ਜਸਟ ਦੀ ਅੰਡਰਸਟੈਂਡਿੰਗ ਆਫ ਦ ਫੈਕਟ ਕਿ ਆਈ ਐਮ ਆਲਸੋ ਗਵਰਨਡ ਬਾਏ ਦ ਲਾਅਜ਼ ਆਫ ਨੇਚਰ, ਹੋਰ ਕੋਈ ਹੋਰ ਚੀਜ਼ ਨਹੀਂ, ਉਹੀ ਬਖਸ਼ਿਸ਼ ਹੈ, ਦੈਟ ਇਜ਼ ਬਖਸ਼ਿਸ਼। ਹਾਂਜੀ ਜਿਹੜੀ ਅਲਟੀਮੇਟਲੀ ਗੱਲ ਕਹੀ ਜਾ ਰਹੀ ਹੈ ਉਹ ਤੇ ਇਹੋ ਹੀ ਗੱਲ ਕਹੀ ਜਾ ਰਹੀ ਹੈ ਨਾ, ਕਿਉਂਕਿ ਜੇ ਦੇਖੋ ਨਾ ਆਖਰ ਦੇ ਉੱਤੇ ਜਿਹੜਾ ਬਾਬਾ ਜੀ ਜਿਹੜਾ ਕਹਿੰਦੇ ਨੇ ਕਿ ਨਾਨਕ ਹੁਕਮੇ ਜੇ ਬੁਝੇ ਤੇ ਹੋਮੇ ਕਹੇ ਨਾ ਕੋਏ, ਇਹ ਹੁਣ ਇੱਕ ਤਰ੍ਹਾਂ ਦੀ ਤੁਹਾਨੂੰ ਜਿਹੜੀ ਹੁਕਮ ਦੇ ਬਾਰੇ ਦੇ ਵਿੱਚ ਹੁਕਮ ਦੀ ਜਿਹੜੀ ਅਸਲ ਹੈ ਉਹ ਸਮਝਾ ਕੇ ਸਾਰੀ, ਤੇ ਫਿਰ ਤੁਹਾਨੂੰ ਇਹ ਸੁਜੈਸਟ ਵੀ ਕੀਤਾ ਜਾ ਰਿਹਾ ਕਿ ਜੇ ਤੁਸੀਂ ਇਹ ਬੁੱਝ ਲਓ, ਇਹਨੂੰ ਤੁਸੀਂ ਅੰਡਰਸਟੈਂਡ ਕਰ ਲਓ, ਤੇ ਫਿਰ ਤੁਸੀਂ ਤੁਹਾਡਾ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਜੀ ਮੇਰੀ ਬਖਸ਼ਿਸ਼ ਹੋ ਸਕਦੀ ਹੈ ਤੇ ਮੈਂ ਕਰਾਂ ਤੇ ਬਖਸ਼ਿਸ਼ ਮੇਰੀ ਹੋ ਜਾਏਗੀ ਤੇ ਦੂਜੇ ਦੀ ਨਹੀਂ ਹੋਏਗੀ, ਫਿਰ ਮੈਂ ਦਾ ਚੱਕਰ ਵਿੱਚੋਂ ਮੁੱਕ ਜਾਏਗਾ। ਡਾਕਟਰ ਸਾਹਿਬ ਅਸੀਂ ਕਹਿ ਸਕਦੇ ਹਾਂ ਕਿ ਹੁਕਮ ਔਰ ਤਕਦੀਰ ਜਾਂ ਡੈਸਟੀਨੀ ਸੇਮ ਹੈ ਜਾਂ ਡਿਫਰੈਂਟ ਹੈ? ਨਹੀਂ ਇਹ ਡਿਫਰੈਂਟ ਹੈ।
जे तुसी दोनों चीजां नाल इंटरचेंज कर लोगे तां सारी चीज साफ हो जांदी है कि असी सारे उस हुक्म दे तहत, हुक्म मीन्स लॉ ऑफ नेचर दे तहत असी सारे विचर रहे हैं, एंड यू कांट चेंज इट. तुसी कुछ यू आर बाउंड बाय द लॉज ऑफ नेचर, और उन्हों ना ते कोई चेंज कर सकता है, वो दे आर एग्जिस्टेंट, बस तुसी उदे अंदर ही विचरना. देखो एदे च जेड़ा ना जेड़ा हुक्म दा लफ्ज है ना, ए जेड़ा फिर ए बाबा गुरु नानक जी ने एक फिलोसॉफिकल टर्म दे तौर ते यूज कीता है. ए एक एदा फिलोसॉफिकली ए एक कॉन्सेप्ट बनाया है. एदा मतलब ए नहीं है कि किसी ने क्या, आम तौर तो ये होंदा ना कि जे हुक्म दा लफ्ज वरत्या जाए तो उहदे पिछे हुक्म देण वाला भी कोई हैगा, तो हुक्म देण वाला होर है, तो जिन्हों हुक्म दिता जा रहा है वह होर है, तो हुक्म जिहड़ा अपने आप विच है वह कोई तीजी शै है. लेकिन इत्थे जिहड़ा हुक्म है उहदा मतलब यह नहीं हैगा, उहदा मतलब हुक्म देण वाला या हुक्म लैण वाला दो वख चीज़ां नहीं हैगे. The Hukmi Baksis and the Sada Bhavai. Dr. Manzoor, you mentioned reincarnation. Did you say that, like, this is as in to do with the soul? Like a universal consciousness, is ka indication hai, or have I misunderstood? A jehda universal consciousness hai, yeah, odiyan halatan ne bakhshish di halat aur sada paun di halat. Ji Zubair ji, ha mainu lagda hai doctor sahab ke assi jehda hukm hai, hukm te farsi da lafz hai. और बादशाह हुक्म करते सन, बादशाह का हुक्म होता सी, ते नानक जी ने इनू उल्टाया है इस लफज नू, और इनू की कहना चाहिए अप्रोप्रिएट कर लिया अपनी फलसफी दे विच, उहदे चो रूलिंग लफज कढ दिता. एक तो है कि वह हुक्म नू भी ढाता जिहड़ा बादशाह का सी, ते एक अपना हुक्म भी चलाता. दूसरा मैनू यह लगता है कि अगर इन सोसाइटी दे सी मुख रख के पढ़िए कि जिहड़ी यह सोसाइटी है यह हुक्मे दे अंदर नहीं है, यह अनफेयर हैगी है, और इन्हे एक ए ऊंच नीच जिहड़ा यह हुक्मे नहीं है. ऊंच नीच होना, वड्डा छोटा होना, काला चिट्टा होना, गोरा होना, ये होना, बाबा कहंदा यह यह नैचुरल आर्डर नहीं है, तुसी बनाया होया है. आहो, लेकिन ये है कि बाबा ये कहंदा ना कि जिहड़ा तुसी बनाया है ਉਹਨੂੰ ਵੀ ਇੱਕ ਅਸੂਲ ਦੇ ਤਹਿਤ ਸਮਝਿਆ ਜਾ ਸਕਦਾ, ਮਤਲਬ ਉਹ ਰੈਂਡਮ ਨਹੀਂ ਹੈ. ਠੀਕ ਹੈ, ਇਹ ਗੱਲ ਮੇਰੇ ਸਮਝ ਨਹੀਂ ਆਈ ਡਾਕਟਰ ਸਾਹਿਬ. ਦਿਸ ਕਨਸੈਪਟ ਜਿਹੜਾ ਤੁਸੀਂ ਕਹਿੰਦੇ ਹੋ ਨਾ ਕਿ ਬਈ ਇਹ ਗੱਲ ਰੈਂਡਮ ਨਹੀਂ ਹੈ, ਦਿਸ ਐਕਸਪਲੇਨ ਕਰੋ ਸਰ ਜੀ, ਇਹ ਮੇਰੇ ਦਿਮਾਗ 'ਚ ਨਹੀਂ ਪੈ ਰਹੀ. ਮਤਲਬ ਰੈਂਡਮ ਤੋਂ ਮੁਰਾਦ ਇਹ ਹੁੰਦੀ ਹੈ ਕਿ ਜਿਹੜੀ ਯਕਦਮ ਕਿਤੋਂ ਹੋ ਜਾਵੇ, ਔਰ ਉਹਦੀ ਉਹਦੀ ਪ੍ਰੋਬੇਬਿਲਿਟੀ ਤੁਸੀਂ ਜਿਹੜੀ ਹੈ ਉਹਨੂੰ ਮੈਜਰ ਨਾ ਕਰ ਸਕੋ. ਸਰ ਮੇਰੀ ਇੱਕ ਕੁਆਰੀ ਸੀ ਕਿ ਹੁਕਮ ਹੈ ਜਿਹੜਾ ਇਹ ਹੁਕਮ ਹੈ, ਇਹ ਇਹੋ ਹੀ ਹੁਕਮ ਹੈ ਕਿ ਜਿਹਨੂੰ ਬੁੱਧ ਨੇ ਬੁੱਧ ਜਿਹਦੇ 'ਤੇ ਸਾਇਲੈਂਟ ਆ, ਦੂਜਾ ਇਹ ਟਾਈਮ ਦੇ ਵਿੱਚ ਹੈ ਕਿ ਜਾਂ ਟਾਈਮ ਇਹਦੇ ਵਿੱਚ ਹੈ, ਟਾਈਮ ਐਂਡ ਸਪੇਸ ਇਹਦੇ ਹੁਕਮ ਟਾਈਮ ਤੋਂ ਬਾਹਰ ਆ ਗਿਆ, ਟਾਈਮ ਇਹਦੇ ਵਿੱਚ ਹੈ. ਜਦੋਂ ਉਹਨਾਂ ਨੇ ਕਹਿਤਾ ਕਿ ਸਭ ਕੁਝ ਹੁਕਮ ਦੇ ਅੰਦਰ ਹੈ, ਤੇ ਇਹਦੇ ਵਿੱਚ ਜਿਹੜਾ ਟਾਈਮ ਹੈ ਔਰ ਸਪੇਸ ਹੈ ਔਰ ਦੁਨੀਆਂ ਜਿਹੜੀਆਂ ਡਾਇਮੈਂਸ਼ਨਸ ਨੇ, ਉਹ ਸਾਰੀਆਂ ਫਿਰ ਹੁਕਮ ਦਾ ਹਿੱਸਾ ਨੇ ਨਾ.
ਹੁਕਮ ਦੇ ਅੰਦਰ ਨੇ ਨਾ। ਤੇ ਬੁੱਧ ਧਰਮ ਨੇ ਵੀ ਤੇ ਤਮਾ ਜਿਹੜਾ ਧਰਮਾ ਇਹ ਤਮਾ ਕਹਿੰਦੇ ਸੀ ਸ਼ਾਇਦ ਕਿ ਵੀ ਉਹ ਦੈਟਸ ਦ ਸੇਮ ਥਿੰਗ ਐਸ ਹੁਕਮ ਦੈਟਸ ਇੰਟਰਚੇਂਜੇਬਲ ਆਲਸੋ ਉਹ ਸ਼ੁਰੂਆਤ ਉੱਥੋਂ ਹੁੰਦੀ ਹੈ ਇਹਨੂੰ 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 ਜਿਹੜਾ ਹੁਕਮ ਹੈ ਇਹਨੂੰ ਕਈ ਤਰੀਕੇ ਕਈ ਨਾਂ ਕਈ ਨਾਵਾਂ ਨਾਲ ਜਿਹੜਾ ਹੈ ਉਹ ਮੁਖਤਲਿਫ ਮਜ਼ਹਬਾਂ ਨੇ ਦੱਸਿਆ ਹੈ ਲੇਕਿਨ ਜਿਵੇਂ ਬਾਬਾ ਗੁਰੂ ਨਾਨਕ ਜੀ ਉਹਨੂੰ ਇੱਕ ਇੰਪਾਰਸ਼ਲ ਇੰਪਰਸਨਲ ਓਬਜੈਕਟਿਵ ਯੂਨੀਵਰਸਲ ਲਾ ਕਹਿ ਰਹੇ ਨੇ ਨਾ ਇਵੇਂ ਕਿਸੇ ਨੇ ਨਹੀਂ ਕਿਹਾ। ਐਕਸਲੈਂਟ ਐਕਸਪਲੇਨੇਸ਼ਨ ਸਰ ਜੀ ਹੁਣ ਬਿਲਕੁਲ ਜਿਹੜਾ ਤੁਸੀਂ ਲਫ਼ਜ਼ ਇਸਤੇਮਾਲ ਕੀਤਾ ਨਾ ਪ੍ਰੋਬੇਬਿਲਿਟੀ ਮੈਥ ਦਾ ਮੇਰਾ ਖਿਆਲ ਹੈ ਬੜਾ ਮੈਨੂੰ ਤਾਂ ਬੜਾ ਫੈਸੀਨੇਟ ਕੀਤਾ ਕਿਉਂਕਿ ਲਾਜਿਕ ਔਰ ਜਿਹੜਾ ਐਕਸ਼ਨ ਹੈ ਨਾ ਇਹ ਜਨਰੇਟ ਕਰਦਾ ਹੈ ਉਹਨੂੰ ਪ੍ਰੋਬੇਬਿਲਿਟੀ ਨੂੰ ਔਰ ਇਹੀ ਮੈਥਮੈਟੀਕਲੀ ਇਹੀ ਹੁਕਮ ਬਣਦਾ ਇਹੀ ਉਹਨੂੰ ਸ਼ੁਰੂ ਕਰਦਾ ਕਿਸੇ ਐਕਸ਼ਨ ਨੂੰ ਔਰ ਕਿਸੇ ਵੀ ਪ੍ਰੋਸੈਸ ਨੂੰ ਔਰ ਵਾਕਈ ਇਹ ਨੇਚਰ ਦਾ ਜਿਹੜਾ ਕਾਨੂੰਨ ਹੈ ਇਹ ਅਨਜਸਟ ਨਹੀਂ ਹੈ ਅਨਜਸਟਿਸ ਨਹੀਂ ਹੈ ਇਹਦੇ 'ਚ ਇਹਦੇ 'ਚ ਪੂਰੀ ਲਾਜਿਕ ਔਰ ਪ੍ਰੋਬੇਬਿਲਿਟੀ ਦੇ ਪੂਰੇ ਪੂਰੇ ਚਾਂਸਿਸ ਨੇ ਉਸ ਉਸ ਫੰਕਸ਼ਨ ਨੂੰ ਔਰ ਇਹ ਮੈਥਮੈਟਿਕਸ ਦੀ ਟਰਮ ਬਹੁਤ ਜ਼ਬਰਦਸਤ ਹੈ ਬਹੁਤ ਅੱਛੀ ਮਤਲਬ ਕੰਮ ਅਜ ਕੰਮ ਇਹ ਹੈ ਕਿ ਜਿਹੜੀ ਤੁਹਾਨੂੰ ਇਨਸਾਫ਼ ਔਰ ਨਾ ਇਨਸਾਫ਼ੀ ਨਜ਼ਰ ਆ ਰਹੀ ਹੈ ਜਿਹੜੀ ਤੁਹਾਨੂੰ ਜ਼ੁਲਮ ਔਰ ਨਾ ਜ਼ੁਲਮ ਨਜ਼ਰ ਆ ਰਿਹਾ ਹੈ ਉਹਦਾ ਵੀ ਇੱਕ ਉਹ ਵੀ ਇੱਕ ਕਾਨੂੰਨ ਦੇ ਤਹਿਤ ਹੈ ਕਸੂਲ ਦੇ ਤਹਿਤ ਹੈ ਮਸਲਨ ਜਿਹੜੀ ਪੋਲੀਟੀਕਲ ਇਕਾਨਮੀ ਹੈ ਜਿਹੜੀ ਪੋਲੀਟੀਕਲ ਇਕਾਨਮੀ ਦੀ ਬ੍ਰਾਂਚ ਹੈ ਇਕਨੋਮਿਕਸ ਦੀ ਉਹ ਤੇ ਬਾਕਾਇਦਾ ਇਸ ਦੀ ਸਟੱਡੀ ਕਰਦੀ ਹੈ ਨਾ ਕਿ ਜਿਹੜੀ ਦੌਲਤ ਹੈ ਉਹਦੀ ਵੰਡ ਕਿਵੇਂ ਹੁੰਦੀ ਹੈ ਤਾਕਤ ਦੀ ਵੰਡ ਕਿਵੇਂ ਹੁੰਦੀ ਹੈ ਸਰ ਇਹ ਜਿਹੜੇ ਜਿਹੜੇ ਲਾਜ਼ ਆਫ ਨੇਚਰ ਹੈ ਫਿਰ ਇਹਨਾਂ ਨੂੰ ਗਵਰਨ ਕੌਣ ਕਰਦਾ ਇਹਦੇ ਚ ਮਤਲਬ ਕੋਈ ਥਿਓਲੋਜੀਕਲ ਪਰਸਪੈਕਟਿਵ ਦੇਖਦੇ ਆ ਬਾਬਾ ਨਾਨਕ ਨੇ ਰੱਖਿਆ ਕੀ ਆ ਮਤਲਬ ਸਾਰਾ ਇੱਕ ਇੰਟਰਮਿਕਸ ਹੈ ਸਾਰਾ ਕੁਝ ਨਹੀਂ ਉਹਨਾਂ ਨੂੰ ਇਹੋ ਤੇ ਗੱਲ ਹੈ ਕਿ ਉਹਨਾਂ ਨੂੰ ਕੋਈ ਗਵਰਨ ਨਹੀਂ ਕਰਦਾ ਉਹ ਆਪਣੇ ਆਪ ਵਿੱਚ ਇੱਕ ਇੱਕ ਕੁੱਲ ਨੇ ਉਹ ਇੱਕ ਆਪਣੇ ਆਪ ਵਿੱਚ ਹੀ ਮੁਕੰਮਲ ਨੇ ਡਾਕਟਰ ਸਾਹਿਬ ਇਹ ਜਿਹੜਾ ਵਿੱਚ ਕਿ ਹੁਕਮ ਨਾ ਕਿਹਾ ਜਾਈ ਇਸ ਵਾਟ ਯੂ ਆਰ ਸੇਇੰਗ ਹਾਂਜੀ ਉਹ ਸੈਲਫ ਮਨਦੀਪ ਦੈਟ ਸੈਲਫ ਪਰਪੈਚੂਏਟਿੰਗ ਆਈ ਥਿੰਕ ਐਂਡ ਸੈਲਫ ਪ੍ਰੀਜ਼ਰਵਿੰਗ ਜਿਹੜਾ ਮੈਡਮ ਜਦੋਂ ਫਿਰ ਏਕ ਓਮਕਾਰ ਦੀ ਗੱਲ ਕਰਦਾ ਬਾਬਾ ਨਾਨਕ ਉਦੋਂ ਫਿਰ ਇਹ ਕੰਟਰਡਿਕਟਰੀ ਹੋ ਜਾਂਦਾ ਵੀ ਏਕ ਓਮਕਾਰ ਇਜ਼ ਅਗੇਨ ਦ ਸੇਮ ਇਹ ਸਾਰੀਆਂ ਗੱਲਾਂ ਇਜ਼ ਦ ਲਾਅ ਆਫ ਨੇਚਰ ਇਹ ਸਾਰੀਆਂ ਗੱਲਾਂ ਲਾਅ ਆਫ ਨੇਚਰ ਵੱਲ ਹੀ ਇਸ਼ਾਰਾ ਸਾਰੀ ਗੱਲ ਦਾ ਮੁਸਲਮਾਨ ਕੱਢਦੇ ਨੇ ਕਿ ਖੁਦਾ ਇੱਕ ਹੈ ਅਗਰ ਮਤਲਬ ਤੁਸੀਂ ਉਹਦਾ ਲਓ ਇੱਕ ਓਮਕਾਰ ਦਾ ਤੇ ਫਿਰ ਤੇ ਤੁਹਾਨੂੰ ਕੰਟਰਾਡਿਕਸ਼ਨ ਨਜ਼ਰ ਆਏਗੀ ਲੇਕਿਨ ਅਗਰ ਇੱਕ ਓਮਕਾਰ ਨੂੰ ਤੁਸੀਂ ਦੁਬਾਰਾ ਤੋਂ ਇੰਟਰਪ੍ਰੈਟ ਕਰਕੇ ਪਿਛਲੀ ਜਿਹੜੀ ਵਾਰੀ ਮੈਂ ਜਿਹੜਾ ਇੱਕ ਓਮਕਾਰ ਦਾ ਕੀਤਾ ਸੀ ਉਹਨੂੰ ਤੁਸੀਂ ਸੁਣੋ ਤੇ ਫਿਰ ਤੁਸੀਂ ਦੇਖਣਾ ਕਿ ਤੁਹਾਨੂੰ ਕੰਟਰਡਿਕਸ਼ਨ ਨਜ਼ਰ ਨਹੀਂ ਆਏਗੀ ਹਾਂਜੀ ਇਹ ਰਿਕਾਰਡਿੰਗ ਬੰਦ ਕਰ ਦਿਓ